बिस्मिल्लाहिर्रहमानिर्रहीम अस्सलाम वालेकुम। मैं मुझे सावर उम्मीद करना तो सर ठीक ठाक होवोगे ते हुण जाणना इत्थों सी हैदराबाद चों कि पता नहीं किहड़ी जगह रिपोर्ट पता नहीं की भाई मुबारक होणी कहिण ने थले गए ने ते उहनां दस्सिआ ते असीं चलिआं फिर उत्थे ते सारीआं चीज़ां वेख होईआं ध्यान नाल ते नाल ना असीं भेज लिआ मैं राती हले वी वधिआ ने मैं बैग च पाए ने ते उह सवाद नहीं जिहड़ा उत्थों फरीद बेर खान दा सी नाल ताजे ते नाल फरीद ते चलिए फिर हुण गां नूं ਅਤੇ ਜਿਹੜਾ ਅਸੀਂ ਮੀਰਪੁਰ ਉੱਪਰ ਗਏ ਹਾਂ ਅਤੇ ਮੇਰਾ ਉਹੀ ਰੋਲਾ ਮੈਂ ਸੁੱਤਾ ਆਇਆ ਮੈਂ ਉਦੋਂ ਪਤਾ ਲੱਗਿਆ ਜੀ ਉੱਪਰ ਗਏ ਹਾਂ ਭਾਈ ਬਾਰਕ ਰੱਖਿਆ ਉੱਡ ਪੁੱਲ ਅਤੇ ਹੁਣ ਫਿਰ ਅਸੀਂ ਉਹਦੇ ਨਾਸ਼ਤਾ ਕਰਨ ਲੱਗੇ ਹਾਂ। ਤੁਸੀਂ ਵੀ ਕਹਿੰਦੇ ਹੋ ਨਾਸ਼ਤਾ ਇੱਕ ਵੱਜ ਗਿਆ ਜੇ ਹੁਣ ਨਾਸ਼ਤਾ ਕਰਨ ਲੱਗੇ ਜੇ ਅਤੇ ਦੇਖੋ ਮੈਂ ਕਿੰਨਾ ਮਾੜਾ ਹੋ ਗਿਆ ਵਾ ਤੁਸੀਂ ਨਾਸ਼ਤਾ ਹੀ ਭਾਵੇਂ ਬਾਰਕ ਬੜੀ ਲੇਟ ਕਰਾਉਂਦੇ ਨੇ। ਹਾਂਜੀ 2 ਕਿਲੋ ਦੇ ਤੈਨੂੰ ਬੇਰ ਲੈ ਕੇ ਦਿੱਤੇ ਹਨ ਉਹ ਬੇਰਾਣਾ ਕੋਲੇ ਡਰਾਜ ਦਾ ਬੇਰ ਕੀ ਹੁੰਦਾ ਬਸ ਤੂੰ ਕਿਹਾ ਹੀ ਹੁਣ ਉੱਥੇ ਜਾ ਖਾਵਾਂਗੇ ਉਹ ਤਾਂ ਰਾਜ ਮੁੱਕ ਗਿਆ। ਅੱਛਾ ਫਿਰ ਹੋਰ ਰਾਜ 2 ਕਿਲੋ ਫਿਰ ਖਾ ਲਈ ਤੁਸੀਂ ਵੀ ਨਾਲ ਖਾਦੇ ਹਾਂ। ਅੱਛਾ ਠੀਕ ਹੈ ਹੁਣ ਪਹੁੰਚ ਗਏ ਹੁਣ ਕਰਦੇ ਹਾਂ ਨਾਸ਼ਤਾ ਰਾਜ ਮਾਰ ਕੇ। ਹਾਂਜੀ ਹੁਣ ਪਹੁੰਚ ਗਏ ਇੱਥੇ ਹੁਣ ਰਾਜ ਮਾਰ ਕੇ ਨਾਸ਼ਤਾ ਕਰਦੇ ਹਾਂ ਫਿਰ ਕਿੱਥੇ ਜਾਓ ਰਾਜ ਮਾਮਾ ਅੱਜ ਕੱਲ੍ਹ ਦੀ ਵੀ ਨਾਲ ਹੀ ਖਾ ਲੈਣੀ ਕੋਈ ਪਤਾ ਨਹੀਂ ਕਿਸ ਟਾਈਮ ਫਿਰ ਖਾਣੀ। ਇਹ ਹੋਟਲ ਆ ਲੈਣਾ ਬੜਾ ਮਾਹੌਲ ਬਣਾਇਆ ਜਿੱਥੇ ਆ ਵੇਖੋ ਮੰਜੇ ਵੀ ਦੇਸੀ ਮਾਹੌਲ ਦੇ ਨਾਲ ਵੀਰ ਉੱਥੇ ਰੋਟੀ ਖਾਣੀ ਤੇ ਖਾ ਲਓ ਤੇ ਇਹ ਬੈਂਚ ਦੇ ਨੇ ਤੇ ਬੈਠ ਖਾ ਲਓ ਜਿਵੇਂ ਖਾਣ ਦੇ ਨੇ ਅਸੀਂ ਇੱਥੇ ਬੈਠੇ ਹਾਂ। ਹਾਂਜੀ ਇੱਥੇ ਬਿੱਲੀ ਵੀ ਆ ਜੇ ਤਰਸੀਆਂ ਨਗਾਹਾਂ ਦੇ ਨਾਲ ਵੇਖਣ ਡਈ ਹੈ ਰੋਟੀ ਖਾਣ ਡੇ ਨਾ ਉਹਨਾਂ ਵੱਲ ਦੌੜ ਗਈ ਜੇ ਰੋਟੀ ਲੈ ਆਓ ਭਾਈ ਆਹ ਹੁਣ ਤੇ ਭੁੱਖ ਨਾਲ ਅੰਦਰ ਵੀ ਰੋਟੀ ਜਾਣ ਡਈਆਂ ਨੇ। ਦਾਲ ਮਸਾਲਾ ਦਾਲ ਪਾਲਕ ਹੈ ਹਾਂ ਦਾਲ ਪਾਲਕ ਹੈ ਪਾਲਕ ਕਿੱਥੇ ਵੇ ਪਾਲਕ ਕੋਲ ਛੜੀ ਤੇ ਇਹ ਨਾਲ ਜਿਹੜਾ ਸਲਾਦ ਰੋਟੀਆਂ ਵੇਖੋ ਤੁਹਾਨੂੰ ਤਾਂ ਭੁੱਖ ਦਹੀਂ ਹਾਂਜੀ ਦਹੀਂ ਵੇਖੋ ਰੋਟੀਆਂ ਵਿੱਚ ਨਿਹਵਾ ਲੰਘ ਜਾਂਦੀ ਤੇ ਗੱਲਾਂ ਤੇ ਆਪਾਂ ਸਾਰੀ ਘਰੇ ਕਰਦੇ ਰਹਿਣਾ ਪਹਿਲਾਂ ਜਰਾ ਮੈਂ ਰੋਟੀ ਛੁਟੀ ਖਾ ਲਾਂ ਕਿਤੇ ਭੁੱਖ ਆਈ ਕਿਤੇ ਭਾਈ ਬਾਰੇ ਕੋਈ ਨਾ ਸਾਰੀ ਖਾ ਜਾਣ ਹਾਂਜੀ ਬੈਗ ਦਾ ਬੱਚਾ ਬਟੇ ਕਹਿੰਦੇ ਹੁੰਦੇ ਨਾ ਜਦੋਂ ਨਿਕਲਾਉਣਾ ਘਰੋਂ ਥੋੜ੍ਹਾ ਵਜਨ ਲੈ ਕੇ ਨਿਕਲੋ ਸ਼ੁਕਰ ਹੈ ਮੇਰਾ ਤੁਹਾਡਾ ਜਿੱਡਾ ਬੈਗ ਨਹੀਂ ਤਾਂ ਮੈਂ ਫਿਰ ਮੇਰੇ ਨਾਲ ਵੱਡਾ ਬੈਗ ਹੋ ਜਾਣਾ ਸੀ ਵੇਖੋ ਮੇਰਾ ਨਿੱਕਾ ਸਾਰਾ ਪਿੱਦਾ ਜਿਹਾ ਬੈਗ ਅਤੇ ਇੱਥੇ ਆ ਕੇ ਸੀ ਜਿਹੜਾ ਇੱਕ ਕਮਰਾ ਲਿਆ ਜੇ ਪੂਰੇ ਮੀਰਪੁਰ ਤੋਂ ਨਾ ਜਿਹੜਾ ਸਾਰਾ ਸਹੀ ਜਿਹੜਾ ਕਮਰਾ ਲਿਆ ਨਾ ਉਹ ਲਿਆ ਜੇ ਵੇਖੋ ਪੱਖੇ ਦਾ ਬੱਚਾ ਨਿੱਕਾ ਸਾਰਾ ਅਤੇ ਸਾਲ ਨਾਲ ਵੱਡੀ ਮੋਜ ਆ ਕੇ ਵੇਖੋ ਸੜਕ ਵਾਲੇ ਪਾਸੇ ਬਾੜੀ ਥੱਲੇ ਵੀ ਵੇਖੋ ਮਸਤ ਮਾਹੌਲ ਅਤੇ ਮਿੱਠੇ ਚੌਲ ਆ ਵੇਖੋ ਇਹ ਬੈੱਡ ਜੇ ਇੱਕ ਇਹ ਜੇ ਅਤੇ ਅੱਜ ਤਾਂ ਸੁੱਚ ਲਾਈਦਾ ਉਹ ਜੇ ਅਤੇ ਇਹ ਜੇ ਪੂਰੇ ਮੀਰਪੁਰ ਨਾਲੋਂ ਸਹੀ ਕਮਰਾ ਜੇ ਮੇਰੇ ਵਾਸਤੇ ਕਹਿ ਰਹੇ ਮੈਂ ਤਾਂ ਘਰ ਵੀ ਅਜੇ ਮਜੀਦ ਸੋਨਾ ਅਸੀਂ ਆਪਾਂ ਤਾਂ ਬਸ ਸੋਨਾ ਹੀ ਹੈ ਜਾਵੇਂ ਦਾ ਮਰਜ਼ੀ ਮਾਹੌਲ ਹੋਏ ਬਸ ਐਵ ਕਿ ਜਿੱਥੇ ਪਿੱਛੇ ਰਹਿ ਕੇ ਆਏ ਨਾ ਉਹਦੇ ਵਰਗਾ ਨਹੀਂ ਬੱਬਾ ਗਰਮ ਪਾਣੀ ਨਾਲ ਅੱਜ ਫਿਰ ਨਾ ਤਾਂ ਮੈਂ ਐਜ ਫਿਰ ਮੀਰਪੁਰ ਖਾਸ ਦੀ ਚਾਏ ਖਾਸ ਕਰ ਕੱਪ ਦੇ ਡੂੰਘੇ ਕੱਪ ਦੇ ਆ ਵੇਖੋ ਜਿੱਥੋਂ ਫੜੀ ਦਿਨ ਕੈਸੇ ਸਟਾਈਲ ਵਾਲੇ ਨੇ ਹਾਏ ਤੁਸੀਂ ਤਾਂ ਚਾਹ ਪੀਂਦੇ ਨਹੀਂ ਨਾ ਅਜੇ ਤੂੰ ਪੀਣਾ ਹਾਂਜੀ ਮੈਂ ਪੀ ਲਾ ਤੁਸੀਂ ਨਹੀਂ ਪੀਣੇ ਲਓ ਬਾਈ ਕੋ ਪੀਣੇ ਨੇ ਹਾਂਜੀ ਪੀਣੇ ਦਾਦਾ ਮੈਂ ਪੀਣੇ ਨੇ ਤੁਸੀਂ ਚਾਹ ਨਾਲ ਪੀਂਦੇ ਨਹੀਂ ਤੇ ਤਕਰੀਬਨ 4-5 ਦਿਨਾਂ ਬਾਅਦ ਪੀਣ ਲੱਗ ਕਦੀ ਪੀ ਲੈਣੀ ਚਾਹੀਦੀ ਨਹੀਂ ਤੁਸੀਂ ਛੱਡ ਛੱਡੋ ਪੱਕੀ ਕਦੀ ਕਦੀ ਪੀ ਲੈਣੀ ਚਾਹੀਦੀ ਐ ਜੇ ਮੀਰਪੁਰ ਖਾਸ ਦੇ ਸਾਰਿਆਂ ਨਾਲ ਮਸ਼ਹੂਰ ਕਪੂਰੇ ਭਾਈ ਮਾਰਕ ਮਜ਼ਾਰ ਹੈ ਮਜ਼ਾਰ ਹੈ ਹਾਂਜੀ ਕਿੰਨੇ ਮਜ਼ੇਦਾਰ ਨੇ ਕੋਈ ਇੰਨੇ ਮਜ਼ਾ ਦਿਲ ਕਰ ਸਾਰੇ ਖਾ ਜਾ ਕਿੰਨੇ ਮਜ਼ੇਦਾਰ ਨੇ ਖਾਣੇ ਦੇ ਨਹੀਂ ਕਿਉਂ ਮਜ਼ੇਦਾਰ ਬਹੁਤ ਨੇ ਮੈਂ ਖਾਣੇ ਸਾਰੇ ਵੀਡੀਓ ਬਣਾ
ਠੀਕ ਹੈ ਗੱਲਬਾਤ ਬਾਅਦ ਕਰਾਂਗੇ, ਪਹਿਲਾਂ ਮੈਂ ਪਕੌੜੇ ਖਾ। ਅਤੇ ਅਸੀਂ ਜਿਹੜਾ ਨਾ ਮੀਰਪੁਰ ਖਾਸ ਆ ਗਏ ਹਾਂ, ਅਤੇ ਭਾਈ ਮੁਬਾਰਕ ਤੁਹਾਨੂੰ ਬਾਹਰ ਨੂੰ ਫਿਰ ਲਿਆ ਆਰਾਮ ਨਾਲ ਸੌਣ ਡੇ ਨਾਲ ਫਿਰ ਮੈਂ ਕਿਹਾ ਉੱਠੋ ਤਾਂ ਫਿਰ ਕੇ ਆਈਏ। ਅਤੇ ਇੱਥੇ ਆਏ ਹਾਂ ਅਤੇ ਕੀ ਨਾਂ ਸੀ ਭਲਾ? ਕਿੰਗ ਗੁਲਫਾ। ਅਤੇ ਗੁਲਫਾ ਕਿੰਗ ਗੁਲਫਾ ਭੁੱਖ ਬੜੀ ਲੱਗੀ ਹੈ, ਅਸੀਂ ਸੁਬਹ ਸੁਬਹ ਨਹਾ ਸਕੀ ਅਤੇ ਹੁਣ 3-4 ਵੱਜ ਗਏ ਨੇ, ਅਤੇ ਮੈਂ ਕਿਹਾ ਚਲੋ ਗੁਲਫਾ ਖਾ ਲਈਏ। ਅਤੇ ਭਾਈ ਮੁਬਾਰਕ ਕੀ ਸਲਾਹ? ਹਾਂਜੀ ਜੋ ਮਰਜ਼ੀ ਖਾਣਾ ਤੇ ਹੈ ਮੈਨੂੰ ਯਾਰ, ਤੂੰ ਖਿਲਾ ਰਿਹਾ ਤੂੰ ਨੀ ਖਿਲਾ ਰਿਹਾ ਫਿਰ ਮੇਰੇ ਪੱਲੇ ਖਾ ਲਾ। ਤੁਸੀਂ ਸਿਆਣੀਆਂ ਗੱਲਾਂ ਵੀ ਕਰਦੇ ਹੋ ਪਤਾ ਨੀ ਕਿਤੇ ਤੂੰ ਖਾਣੇ ਹੋ, ਤੂੰ ਖਾਣੇ ਆ ਤੂੰ ਖਾਣੇ ਜੇ ਤੂੰ ਮਰਜ਼ੀ ਖਾ ਲੈ, ਜੇ ਤੂੰ ਕਹੇਗਾ ਤੂੰ ਖਾ ਲੈ, ਜੇ ਤੂੰ ਕਹੋ ਮੈਂ ਖਾਣਾ ਬੰਦੇ ਜੇ ਤੂੰ ਮਰਜ਼ੀ ਖਾ ਲੈ ਮੈਂ ਉਧਰੋਂ ਖਾ ਲੈਣਾ ਤੂੰ ਇਧਰੋਂ ਖਾ ਲੈ। ਹਾਂ ਇੱਕੋ ਜਗ੍ਹਾ ਤੇ ਖਾ ਲੈ। ਨਹੀਂ ਯਾਰ ਇਧਰ ਕੋਈ ਗੱਲ ਨਹੀਂ, ਮੈਂ ਕਹਿੰਦਾ ਗੁਲਫਾ ਛੱਡੋ ਤੁਮ ਚਲਾ ਗਿਆ ਅੱਜ ਅੱਜ ਜੀ ਸੋਹਣਾ ਸੋਹਣਾ ਮੇਰੇ ਯਾਰ ਦੋਸਤ ਹੋ ਗਿਆ ਲਾ ਇਹ ਨਾ। ਹਾਂ ਜੰਮੇ ਦੇ ਵਿੱਚ ਗਲਾਸਾਂ ਦੇ ਨਾ ਸਕੀਲ ਜਾਂ ਨਿੱਕੀਆਂ ਜੰਮੇ ਦੇ ਕੀ ਸਮਾਈਆਂ ਨੂਡਲ ਮਜ਼ੇਦਾਰ ਕੈਮਰਾ ਫੜ ਕੇ ਰੱਖ ਮੇਰੇ ਕੋਲ ਦੂਰ ਪੈ ਗਿਆ ਤੂੰ ਭਾਈ ਬਾਰ ਕਰ ਉਧਰ ਬੈਠੇ ਮੈਂ ਇੱਧਰ ਤਾਂ ਬੈਠਾ ਇੱਕ ਰੰਗ ਚਿੱਟਾ ਨਹੀਂ ਨਹੀਂ ਨਾ ਰੰਗ ਚਿੱਟਾ ਦੀ ਕੋਈ ਗੱਲ ਨਹੀਂ ਫਲੂਦਾ ਬਚਾਉਣਾ ਪਿਆ ਤੂੰ ਬਸ ਆਪਣਾ ਜਾਣਾ ਬੜੇ ਮਜ਼ੇਦਾਰ ਜੇ। ਅਤੇ ਅੱਜ ਮੈਂ ਵੀਡੀਓ ਸ਼ੀਡੀਓ ਕੋਈ ਨਾ ਲੈ, ਕੈਮਰਾ ਬੰਦ ਰਹੇਗਾ ਪਹਿਲਾਂ ਮੈਂ ਖਾ ਲਾਂ ਬਾਅਦ ਕੋਈ ਗੱਲਬਾਤ ਕਰਾਂਗੇ। ਅਤੇ ਆ ਜਿਹੜਾ ਨਾ ਠੰਡਾ ਬਰਾ ਜੇ, ਸਹੀ ਗੱਲ ਜੇ ਮੇਰੇ ਦਾਦਾ ਨੂੰ ਪਤਾ ਕੀ ਹੋਣ ਲੱਗ ਪਿਆ। ਮੁਬਾਰਕ ਕੀ ਸਲਾਹ ਫਿਰ ਹੁਣ? ਮਜ਼ਾ ਬੜਾ, ਮੈਂ ਨੀ ਮੇਰਾ ਨੀ ਦਿਲ ਕਰ ਰਿਹਾ ਜਾਂਦੇ। ਨਹੀਂ ਮੈਂ ਤਾਂ ਖਾ ਲਿਆ ਹੁਣ, ਖਾ ਲਿਆ ਫਿਰ ਹੁਣ ਕਰੀ? ਨਹੀਂ 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 ਫਿਰ ਵੰਡ ਵੰਡ ਪਾਣੀ ਰੱਖਿਆ ਵੰਡ ਪਾਣੀ ਰੱਖਿਆ ਵੰਡ ਨਹੀਂ ਭਾਈ ਦਾ ਭਾਈ ਹੁਣ ਤੂੰ ਚਮਚ ਲਾਇਆ ਭਾਵੇਂ ਵੰਡ ਨਹੀਂ ਪਾਣੀ। ਨਹੀਂ ਨਹੀਂ ਮੈਂ ਰਾਜ ਗਿਆ ਮੇਰੇ ਕੋਲ ਨਹੀਂ ਮੁੱਕਣ ਲਈ, ਅੱਜ ਖਾਓ ਨਾ ਪਤਾ ਲੱਗੇ ਇਕੱਲਾ ਇਕੱਲਾ ਖਾਣਾ ਵੀ ਕਿੰਨਾ ਔਖਾ ਹੁੰਦਾ। ਹਾਂਜੀ ਮਜ਼ੇਦਾਰ ਹੁਣ ਰਾਜ ਜੁਗੇ ਹੋਣ ਕਿਤੇ ਮਜ਼ੇਦਾਰ ਹੋਣੀ। ਅਤੇ ਅੱਗੇ ਵੀ ਜਿਹੜਾ ਨਾ ਸੀ ਤੁਸੀਂ ਲੰਘ ਗਏ ਹਾਂ ਮੈਂ ਭਾਈ ਮੁਬਾਰਕ, ਅਤੇ ਫਿਰ ਫਿਰ ਜਾਵੇ ਭਾਈ ਮੁਬਾਰਕ ਕੋਲ ਕਹਿੰਦੇ ਖਾਣਾ ਕੀ ਆ, ਅਤੇ ਮੈਂ ਉਸੇ ਵੇਲੇ ਆ ਕੇ ਮੈਂ ਕਿਹਾ ਘੁਲ ਗਿਆ ਭਾਈ ਫਿਰ ਵਾਪਸ ਲੈ ਕੇ ਆਇਆ ਹੁਣ ਮੈਂ ਖਾ ਲਿਆ ਆਪਣੇ ਸਿਰ ਦਾ ਵੇਖੋ ਭਾਈ ਮੁਬਾਰਕ ਕੋਲ ਨਹੀਂ ਮੁੱਕਣ ਡਿਆ ਅੱਜ।
ਖੀਰ ਤਾਂ ਦੋ ਖਾ ਗਏ ਹੋ ਤੇ ਇੱਥੇ ਕੀ ਬਣਾ ਦਿਆ? ਹਾਂਜੀ ਆਰਾਮ ਨਾਲ ਖਾਈ ਜਾ ਜੀਦਾ। ਅੱਛਾ ਮੇਰੇ ਕੋਲ ਪਿੱਛੇ ਲੱਗਾ ਹੈਗਾ ਤੇ ਮੇਰੇ ਤੋਂ ਕੋਈ ਨਹੀਂ ਪਿੱਛੇ ਲੱਗਾ। ਉਹ ਖੀਰ ਵਾਰੀ ਕੀ ਬਣਿਆ ਸੀ? ਖੀਰ ਵਾਰੀ ਉਦੋਂ ਪਤਾ ਸੀ ਨਾ ਹੋਰ ਲੱਭ ਜਾਣੀ ਹੈ। ਨਹੀਂ ਤੁਸੀਂ ਦੋ ਖਾ ਗਏ ਹੋ, ਮੈਂ ਇੱਕ ਤਿੰਨ ਹਨ, ਤੁਹਾਨੂੰ ਪਤਾ ਜਿਹੜਾ ਪਹਿਲੇ ਖਾਏਗਾ ਦੂਸਰੀ ਵੀ ਲੈ ਲੇਗਾ। ਅੱਛਾ ਹੁਣ ਮੈਨੂੰ ਪਤਾ ਕਿਆ ਹੀ ਹੈ, ਜਾਣਾ ਵੇਖ ਕੇ ਰੋਂਦ ਪਾਉਂਦੇ ਹੋ, ਜਾਣਾ ਵੇਖ ਕੇ ਰੋਂਦ ਪਾਉਂਦੇ ਹੋ। ਆਹੋ ਐਜ ਫਿਰ ਮੀਰਪੁਰ ਖਾਸ ਦੀ ਚਾਏ, ਖਾਸ ਕਰ ਕੱਪ ਦੇ ਡੂੰ ਕੱਪ ਦੇ ਆ ਵੇਖੋ ਜੀ ਤੂੰ ਬੜੀ ਦਿਨ ਕੈਸੇ ਸਟਾਈਲ ਵਾਲੇ ਨੇ। ਹਾਏ ਤੁਸੀਂ ਤਾਂ ਚਾਹ ਪੀਂਦੇ ਨਹੀਂ ਨਾ? ਅੱਜ ਤੂੰ ਪੀਣਾ ਨੇ? ਹਾਂਜੀ ਮੈਂ ਪੀ ਲਾ। ਤੁਸੀਂ ਨਹੀਂ ਪੀਣੇ? ਲਓ ਭਾਈ ਕੋ ਪੀਣੇ ਨੇ। ਹਾਂਜੀ ਪੀਣੇ ਦਾਦਾ? ਹਾਂ ਮੈਂ ਪੀਣੇ ਨੇ। ਤੁਸੀਂ ਚਾਹ ਨਾਲ ਪੀਂਦੇ ਨਹੀਂ ਤੇ ਤਕਰੀਬਨ ਚੌ ਪੰਜ ਦਿਨਾਂ ਬਾਅਦ ਪੀਣ ਲੱਗ ਗਿਆ। ਕਦੀ ਪੀ ਲੈਣੀ ਚਾਹੀਦੀ? ਨਹੀਂ ਤੁਸੀਂ ਛੱਡ ਛੱਡੋ ਪੱਕੀ ਪੱਕੀ। ਕਦੀ ਕਦੀ ਪੀ ਲੈਣੀ ਚਾਹੀਦੀ? ਐਜ ਮੀਰਪੁਰ ਖਾਸ ਦੇ ਸਾਰਿਆਂ ਨਾਲ ਮਸ਼ਹੂਰ ਕਪੋਰੇ ਭਾਈ ਮਾਰਕ ਮਜ਼ਾਰ ਹੈ, ਮਜ਼ਾਰ ਹੈ। ਹਾਂਜੀ ਕਿੰਨੇ ਮਜ਼ੇਦਾਰ ਨੇ? ਕਿਉਂ ਮਜ਼ੇਦਾਰ ਬਹੁਤ ਨੇ, ਮੈਂ ਸਾਰੇ ਵੀਡੀਓ ਬਣਾ। ਠੀਕ ਹੈ ਗੱਲਬਾਤ ਬਾਅਦ ਕਰਾਂਗੇ, ਪਹਿਲਾਂ ਮੈਂ ਪਕੌੜੇ ਖਾ।